ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਨੇ ਆਪਣੀ ਗੋਦ ਦੇ ਵਿੱਚ ਚਰਨਾਂ ਦੇ ਵਿੱਚ ਬਿਠਾ ਕੇ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਇੱਕ ਹੋਰ ਮੌਕਾ ਬਖਸ਼ਿਸ਼ ਕੀਤਾ ਹੈ ਜੀ ਆਤਮ ਰਸ ਕੀਰਤਨ ਦੀ ਆਰੰਭਤਾ ਸਤਿਗੁਰਾਂ ਦੀ ਬਖਸ਼ਿਸ਼ ਨਾਲ ਅਸੀਸ ਲੈ ਕੇ ਸ਼ੁਰੂ ਕਰਨ ਜਾ ਰਹੇ ਹਾਂ ਜੀ ਗੁਰੂ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਜੀ ਪਾਸੋਂ ਕੀਰਤਨ ਦੀ ਆਰੰਭਤਾ ਕਰਦੇ ਹਾਂ ਜੀ ਇੱਕ ਜਕਾਰੇ ਰੂਪੀ ਬਖਸ਼ਿਸ਼ ਕਿਰਪਾ ਕਰੋ ਜੀ ਤੁਸੀਂ ਸਾਰੇ ਇੱਕ ਜਕਾਰੇ ਦੀ ਬਖਸ਼ਿਸ਼ ਕਰੋ ਜੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਤੂੰ
चित आवे तेरी माया जन तेरे तो
ਬਾਰ ਅਤਿ ਊਚਾ ਕੋਈ ਅਵਰ ਨਾ ਤੇਰੀ ਭਾਂਤੇ ਇਹ ਅਰਦਾਸ ਅਰਦਾਸ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀਂ ਸੁਖ ਦਾਤੇ ਅਰਦਾਸ ਸੁਣੀ ਜੈ ਨਾਨਕ ਕੀ ਅਰਦਾਸ ਸੁਣੀ ਇੱਕ ਨਾਨਕ ਕੀ ਅਰਦਾਸ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਹਰ ਗੁਣ ਗਾਵਸੀ ਤੂੰ ਮੈਂ ਮਾਣੀ ਮਾਣੀ ਮੇਰੇ ਸਾਹਿਬ ਤੂੰ ਮੈਂ ਮਾਣੀ ਮਾਣੀ ਅਰਦਾਸ ਕਰੀ ਸਕਲ ਰੋਗ ਲੈਣ ਤੂੰ ਆਇਆ ਜਿਸ
Santa
Eva
हर जस वखर ले चलो ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਆਪ ਸੰਗਤ ਦੇ ਵਿੱਚ ਬਲ ਉੱਦਮ ਬਖਸ਼ ਕੀਤਾ ਹੈ। ਨੌਜਵਾਨ ਵੀਰਾਂ ਨੇ ਵਿਸਾਖੀ ਨੂੰ ਸਮਰਪਿਤ ਇਹ ਸਮਾਗਮ ਕਰਵਾ ਕੇ, ਗੁਰਮਤਿ ਸਮਾਗਮ ਕਰਵਾ ਕੇ ਸਾਨੂੰ ਸਾਰਿਆਂ ਨੂੰ ਹੀ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ। ਆਪ ਜੀ ਨੇ ਕੀਰਤਨ ਵਿੱਚ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਸਾਹਿਬ ਜੀ ਸਭਨਾਂ ਦੀਆਂ ਮਨੋ ਭਾਵਨਾਵਾਂ, ਸ਼ੁਭ ਮਨੋ ਕਾਮਨਾਵਾਂ ਸੰਪੂਰਨ ਕਰਨ। ਆਓ, ਮੇਰੇ ਤੋਂ ਬਾਅਦ ਅਗਲੇ ਜੋ ਕੀਰਤਨੀਏ ਹਨ ਆਪਣੀ ਵਾਰੀ ਅਨੁਸਾਰ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ, ਕੀਰਤਨ ਦੁਆਰਾ ਆਪ ਜੀ ਦੀ ਸੇਵਾ ਕਰਨੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸ਼ਾਂਤੀਪੂਰਵਕ ਬੈਠ ਕੇ ਆਪ ਜੀ ਨੇ ਪਾਵਨ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਹੀ ਇਸ ਕੀਰਤਨ ਵਿੱਚ ਹਾਜ਼ਰੀ ਲਗਵਾਈ ਹੈ। ਸੋ ਜ਼ਿਆਦਾ ਸਮਾਂ ਨਹੀਂ ਹੈ, ਕਿਉਂਕਿ ਸਭਨਾਂ ਨੇ ਹਾਜ਼ਰੀ ਭਰਨੀ ਹੈ। ਸਾਰੇ ਸ਼ਬਦ ਪੜ੍ਹ ਵੀ ਨਹੀਂ ਸਕੇ, ਸੋ ਇੰਨੀ ਹਾਜ਼ਰੀ ਪੁਰਾਣ ਕਰਨੀ। ਅਗਲੇ ਆਉਣ ਵਾਲੇ ਦੀਵਾਨ ਕੱਲ੍ਹ ਅਤੇ ਪਰਸੋਂ ਜਿਹੜੇ ਸ਼ਬਦ ਰਹਿ ਗਏ ਹਨ ਆਪ ਜੀ ਦੀ ਸੇਵਾ ਵਿੱਚ, ਉਹਨਾਂ ਨੂੰ ਸਰਵਣ ਕਰਵਾ ਕੇ ਆਪ ਜੀ ਦੀ ਅਸੀਸ ਪ੍ਰਾਪਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਸਾਧ ਸੰਗਤ